بسم اللہ الرحمن الرحیم السلام علیکم امید ہے کہ ਤੁਸੀਂ سب لو خیریت نہ ہو گے اللہ پاک تن سب نا اپنے گھراں تے خوش رکھے شاد رکھے آباد رکھے تے سکھی رکھے آمین سب آمین اچھا جی اج اسی بناون لگے ہاں کٹوری چاٹ مزیدار قسم دی کٹوری چاٹ بناون لئی بنا لئیے سارے جنہڑے جنہڑے انگریڈینٹس دی ضرورت ہے او نوٹ فرما لو ਤੁਸੀਂ تقریبا ساڈے کو 1.5 کپ میتا ہے اودے تے اسی تقریبا چٹکی بھر نمک پا لیا ہے تھوڑی جی اجوائن پا لئیے تے ਤੁਸੀਂ اسی دو چمچ آئل پا لینے او دے وچ ٹھیک ہے اسی انہاں نو ਇਨਸਾਰੀ ਚੀਜ਼ਾਂ ਨੂੰ ਗੁੰਨ ਲਵਾਂਗੇ ਤੇ ਗੁੰਨ ਕੇ ਤੇ ਇਹਨੂੰ ਥੋੜੀ देर ਰੱਖ ਦਵਾਂਗੇ ਵਿਸਮਣ ਲਈ ਜਿੱਦਾਂ ਸਾਡੀ ਵਟੀਆਂ ਹੁੰਦੀਆਂ ਕਹਿੰਦੀਆਂ ਐ ਜਿੰਨਾ ਆਟਾ ਵਿਸਮੇ ਉੰਨੀ ਸੋਹਣੀ ਰੋਟੀ ਪੱਕਦੀ ਐ ਤੇ ਅਸੀਂ ਆਟੇ ਨੂੰ ਗੁੰਨ ਲਿਆ ਤੇ ਗੁੰਦੇ ਹੋਏ ਤੁਹਾਨੂੰ ਤਾਂ ਮੈਂ ਤਾਂ ਨਹੀਂ ਦਿਖਾਇਆ ਕਿ ਵੀਡੀਓ ਥੋੜੀ ਲੰਬੀ ਹੋ ਜਾਣੀ ਸੀ ਇਸ ਲਈ ਮੈਂ ਥੋੜੀ ਵੀਡੀਓ ਵਿੱਚ ਸ਼ਾਰਟ ਕਰ ਦਿੱਤੀ ਐ ਦੇਖਣ ਜੇ ਆਟਾ ਤੁਹਾਨੂੰ ਨਰਮ ਲੱਗਦਾ ਪਿਆ ਹੋਣਾ ਲੇਕਿਨ ਆਟਾ ਇਹ ਨਰਮ ਨਹੀਂ ਸੀ ਤਾਂ ਕਿਉਂ 15 ਤੋਂ 20 ਮਿੰਟ ਮੈਂ ਇਹਨੂੰ ਰੱਖਿਆ ਸੀਗਾ ਉਹ ਸੈੱਟ ਹੋ ਚੁੱਕਿਆ ਸੀ ਉਹਦੇ ਪੇੜੇ ਕਰ ਲੇ ਪੇੜੇ ਕਰਕੇ ਤੇ ਮੈਂ ਉਹਦੀ ਰੋਟੀ ਬੇਲ ਲਵਾਂਗੀ ਜਿਹੜੀ ਤੁਸੀਂ ਮਤਲਬ ਰੋਟੀ ਬੇਲ ਕੇ ਤੇ ਅਸੀਂ ਉਹਦੀ ਸੋਣੀ ਜੀ ਕਟੋਰੀ ਬਣਾਵਾਂਗੇ ਕੋਲੀ ਬਣਾ ਲਾਂਗੇ ਕਟੋਰੀ ਬਣਾ ਲਾਂਗੇ ਜੋ ਵੀ ਤੁਸੀਂ ਕਹਿ ਸਕਦੇ ਹੋ ਤੇ ਆ ਦੇਖੋ ਜੀ ਮੈਂ ਇਹਨੂੰ ਬੇਲ ਲਵਾਂਗੀ ਅچھے ਤਰੀਕੇ ਨਾਲ ਬੇਲ ਕੇ ਤੇ ਆ ਦੇਖੋ ਤੁਸੀਂ ਹੁਣ ਰੋਟੀ ਵੇਖੋ ਜੀ ਕਿਦਾਂ ਬੇਲ ਦਿੰਦੀ ਹੈ ਜੀ ਆਹ ਇੱਕ ਜੀ ਰੋਟੀ ਬੇਲ ਬੇਲਣ ਲੱਗਿਆ ਸੀ ਆਹ ਇੱਕ ਜੀ ਰੋਟੀ ਨੂੰ ਸੋਹਣੀ ਰੱਖ ਕੇ ਵੇਲਣਾ ਹੈ ਵੇਲ ਕੇ ਤੇ ਅਸੀਂ ਇਹਨੂੰ ਉਹਦੀ ਕਟੋਰੀ ਬਣਾ ਛੜਨੀ ਹੈ ਤੇ ਦੇਖਣਾ ਹੈ ਜੀ ਕਟੋਰੀ ਸੋਹਣੀ ਬਣੀ ਹੈ ਕਿ ਨਹੀਂ ਬਣੀ ਹੈ ਆ ਵੇਖੋ ਜੀ ਇਹਦੇ ਵਿੱਚ ਜਿਹੜੀ ਅਜਵੈਨ ਪਾਈ ਹੈ ਉਹ ਬਹੁਤ ਹੀ ਸੋਹਣੀ ਲੱਗਦੀ ਪਈ ਹੈ ਆ ਵੇਖੋ ਜੀ ਆਫ ਹੋ ਗਈ ਹੈ ਜੀ ਰੋਟੀ ਪਰ ਤੁਸੀਂ ਉਸ ਮناسبਤ ਨਾਲ ਵੇਲਣੀ ਹੈ ਜ਼ਿਆਦਾ ਨਾ ਮੋਟੀ ਹੋਵੇ ਤੇ ਨਾ ਦਾ ਪਤਲੀ ਹੋਵੇ ਨਾਰਮਲ ਰੱਖਣੀ ਹੈ ਅੱਛਾ ਜੀ ਜਦੋਂ ਅਸੀਂ ਕੋਲੀ ਇਹਦੇ ਉੱਤੇ ਰੱਖਣੀ ਹੈ ਰੋਟੀ ਦੇ ਉੱਤੇ ਆ ਵੇਖੋ ਤੇ ਅਸੀਂ ਇਹਦੇ ਵਿੱਚ ਹੇ ਨੀਚੇ ਵਾਲੇ ਹਿੱਸੇ ਤੇ ਆਇਲ ਲਾ ਲੈਣਾ ਹੈ ਤਾਂ ਕਿ ਜਿਹੜੀ ਰੋਟੀ ਹੈ ਔਰ ਕਟੋਰੀ ਨੂੰ ਚਿਪਕੇ ਨਾ ਆ ਵੇਖੋ ਜੀ ਐਸ ਤਰ੍ਹਾਂ ਵੀ ਤੁਸੀਂ ਰੱਖ ਸਕਦੇ ਹੋ ਤੇ ਤੁਸੀਂ ਇਹਨੂੰ ਉਲਟਾ ਵੀ ਰੱਖ ਸਕਦੇ ਜਸ ਤਾਂ ਤੁਹਾਨੂੰ ਈਜ਼ੀ ਲੱਗਦਾ ਤੁਸੀਂ ਉਸ ਤਰ੍ਹਾਂ ਰੱਖਣਾ ਹੈ ਠੀਕ ਹੈ ਜੀ ਆਹ ਦੇਖੋ ਜੀ ਰੋਟੀ ਇਹਦੇ ਤੇ ਲਾ ਦਿੱਤੀ ਹੈ ਤੇ ਆ ਵੇਖੋ ਮੈਂ ਥੋੜੀ ਕਿਨਾਰਿਆਂ ਤੋਂ ਦਬਾ ਦਾਂਗੀ ਤੇ ਜਿਹੜੀ ਐਕਸਟਰਾ ਹੋਏਗੀ ਉਹ ਸੀ ਨੂੰ ছুরি ਦੇ ਨਾਲ ਕੱਟ ਕੇ ਅਲੱਗਾਂ ਕਰ ਲਵਾਂਗੇ ਤੇ ਆ ਉਠਦੀ ਨਹੀਂ ਸੀ ਸਾਨੂੰ ਚਮੜ ਗਈ ਤੇ ਮੈਂ ਕਿਹਾ ਜੀ ਛਰੀ ਨਾਲ ਆ ਵੇਖੋ ਚੱਕ ਹੋ ਗਈ ਆ ਦੇਖੋ ਜੀ ਸਿੱਥ ਚੁੱਕ ਲਈ ਤੇ ਐ ਵੇਖੋ ਜੀ ਐ ਵੇਖੋ ਜੀ ਐ ਵੇਖੋ ਜੀ ਬੜੀ ਜ਼ਬਰਦਸਤ ਕਿਸਮ ਦੀ ਸਾਡੀ ਕਟੋਰੀ ਬਣ ਜਣੀ ਹੈ ਆ ਵੇਖੋ ਬਹੁਤ ਹੀ ਸੋਹਣੀ ਤੇ ਲਾਜਵਾਬ ਕਿਸਮ ਦੀ ਬਣਨੀ ਹੈ ਆ ਦੇਖੋ ਤੇ ਇਹਦੇ ਕਿਨਾਰੇ ਦੇਖ ਲਓ ਜੀ ਮੈਂ ਇੱਥੇ ਦਬਾ ਦਿੱਤੇ ਨੇ ਬਾਕੇ ਤੇ ਜੇ ਥੋੜੀ ਤੁਹਾਨੂੰ ਲੱਗਦੀ ਪਈ ਥੋੜੇ ਬਲ ਪੈਂਦੇ ਪਏ ਨੇ ਥੋੜਾ ਸੈੱਟ ਕਰ ਲੈਣਾ ਹੈ ਸੈੱਟ ਕਰਕੇ ਤੇ ਅਸੀਂ ਨੂੰ ਛੁੜੀ ਤੋਂ ਛੁੜੀ ਦੇ ਮਦਦ ਨਾਲ ਅਸੀਂ ਨੂੰ ਲਾ ਛੜਨਾ ਆ ਦੇਖੋ ਜੀ ਆਹ ਦੇਖੋ ਲਾ ਦਿੱਤਾ ਹੈ ਥੋੜਾ ਬਹੁਤ ਜਿਹੜਾ ਹੋ ਜਾਂਦਾ ਹੈ ਤੁਸੀਂ ਉਹਨੂੰ ਕਵਰ ਕਰ ਸਕਦੇ ਹੋ ਆ ਦੇਖੋ ਜ਼ਬਰਦਸਤ ਬਿਹਤਰੀਨ ਹੋ ਗਈ ਹੈ ਜੀ ਇਹ ਦੇਖੋ ਜੀ ਹੁਣ ਅਸੀਂ ਆ ਦੇਖੋ ਹੁਣ ਇਹ ਬਿਲਕੁਲ ਓਕੇ ਹੋ ਚੁੱਕੀ ਹੈ ਫਜ਼ੂਲ ਚਲਾਣ ਦੀ ਜ਼ਰੂਰਤ ਕੋਈ ਨਹੀਂ ਤੇ ਆ ਦੇਖੋ ਬਿਲਕੁਲ ਸਿੱਖੋਗੇ ਹੁਣ ਅਸੀਂ ਇਹਨੂੰ ਕੀ ਕਰਾਂਗੇ ਅਸੀਂ ਕਾਂਟੇ ਦੀ ਮਦਦ ਨਾਲ ਹਲਕੀ ਹਲਕੇ ਸੁਰਾਖ ਕਰ ਲਵਾਂਗੇ ਕਿ ਜਿੱਨਾਂ ਚ 에ਅਰ ਨਾ ਪਰ ਹੋ ਜਾਏ ਸੁਰਾਖ ਕਰਕੇ ਤੇ ਸਾਈਡ ਤੇ ਰੱਖ ਦਾਂਗੇ ਮੈਂ ਤੁਹਾਨੂੰ ਇੱਕ ਇੱਕ ਟੋਰੀ ਬਣਾਉਣਾ ਸਿਖਾਵਾਂਗੀ ਇੱਕ ਹੀ ਫਰਾਈ ਕਰਨਾ ਸਿਖਾਵਾਂਗੇ ਕਿਉਂਕਿ ਟਾਈਮ ਦੀ ਤੁਹਾਨੂੰ ਪਤਾ ਸ਼ਾਰਟੇਜ ਹੈ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਬੜੀ ਹੋ ਜਾਂਦੀ ਹੈ ਤੇ ਫਿਰ ਮੇਰੀਆਂ ਜੜੀਆਂ ਪੈੜਾ ਉਹ ਨਰਾਜ਼ ਹੁੰਦੀਆਂ ਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੈ ਤੇ ਇਸ ਲਈ ਅੱਛਾ ਫਿਰ ਜਦੋਂ ਤੁਸੀਂ ਟੋਰੀ ਪਾਦਰਣੀ ਆਇਲ ਦੇ ਵਿੱਚ ਥੋੜਾ ਆਇਲ ਗਰਮ ਹੋ ਜਾਏਗਾ ਪਾਦਰਣੀ ਹੈ ਤੇ ਤੁਸੀਂ ਥੋੜਾ ਜਿਹਾ ਆਇਲ ਜਿਹੜਾ ਕਟੋਰੀ ਦੇ ਵਿੱਚ ਪਾ ਲੈਣਾ ਤਾਂ ਕਿ ਜਦੋਂ ਕਟੋਰੀ ਕਟੋਰੀ ਕੋਲੀ ਨੂੰ ਅਲੈਦਾ ਕਰੇ ਤੇ ਉਹ ਮਤਲਬ ਮੁਸ਼ਕਿਲ ਨਾ ਹੋਵੇ ਤਾਂ ਮਤਲਬ ਉਹ ਖਿਚਣ ਦੇ ਵਿੱਚ ਜਿਉ ਖਿੱਚੋਗੇ ਆਟੋਮੈਟਿਕਲੀ ਕੋਲੀ ਜਿਹੜੀ ਕਟੋਰੀ ਟੁੱਟ ਜਾਏਗੀ ਤੇ ਇਸ ਲਈ ਤੁਸੀਂ ਵਿੱਚ ਉਹਦੇ ਵਿੱਚ ਵੀ ਆਇਲ ਪਾ ਦੋਗੇ ਨਾ ਗਰਮ ਆਇਲ ਤੇ ਉਹਦਾ ਥੋੜੀ ਆਸਾਨਗੀ ਨਾਲ ਉਤਰ ਜਾਏਗੀ ਆਹ ਵੇਖੋ ਜੀ ਅਲੈਦਾ ਹੋ ਚੁੱਕੀ ਪਰ ਲੇਕਿਨ ਬਹੁਤ ਮਤਲਬ ਤੇ ਖਿਆਲ ਦੇ ਨਾਲ ਤੁਸੀਂ ਆ ਕੰਮ ਕਰਨਾ ਹੈ ਕੋਲ ਕੋਈ ਬੱਚਾ ਵਗੈਰਾ ਜਾਂ ਬड़ा ਵੀ ਨਾ ਕੋਈ ਖੜਾ ਹੋਵੇ ਤੇ ਤੁਸੀਂ ਬਿਲਕੁਲ ਖਿਆਲ ਦੇ ਨਾਲ ਆ ਵੇਖੋ ਜੀ ਆ ਦੇਖੋ ਮੈਂ ਜੋ ਆਇਲ ਕੱਢ ਲਿਆ ਸੀ ਤੇ ਐ ਵੇਖੋ ਜੀ ਆ ਥੋੜਾ ਧਿਆਨ ਦੇ ਨਾਲ ਮੇਕੋ ਵੀ نیچے गिर ਗਿਆ ਤੇ ਮੈਂ ਫਿਰ ਚਿਮਟਾ ਪਕੜਿਆ ਚਿਮਟਾ ਇਹਦੇ ਨਾਲ ਤੁਸੀਂ ਨੂੰ ਅਲੱਗਾ ਕਰ ਸਕਦੇ ਹੋ ਤੇ ਆ ਦੇਖੋ ਬਿਹਤਰin ਕਿਸਮ ਦੀ ਸਾਡੀ ਕਟੋਰੀ ਦੇਖੋ ਕਿੰਡੀ ਸੋਹਣੀ ਕਟੋਰੀ ਬਣੀ ਹੈ ਬੜੀ ਹੀ ਸੋਹਣੀ ਬਣੀ ਹੈ ਕਟੋਰੀ ਆ ਦੇਖੋ ਜੀ ਤੁਸੀਂ ਜੇ ਤੁਹਾਨੂੰ ਲੱਗੇ ਕਿ ਥੋੜੀ ਕੱਚਾਪਾਨ ਹੈ ਤੁਸੀਂ ਉਹਨੂੰ ਬਣਾ ਸਕਦੇ ਹੋ ਮਤਲਬ ਦੁਬਾਰਾ ਤੁਸੀਂ ਉਹਨੂੰ ਉਲਟ ਪੁਲਟ ਕਰ ਸਕਦੇ ਹੋ ਲੇਕਿਨ ਆਰਾਮ ਨਾਲ ਹਲਕੀ ਹੱਥਾਂ ਦੇ ਨਾਲ ਹਾਂਜੀ ਆ ਦੇਖੋ ਜੀ ਥੋੜਾ ਮੈਨੂੰ ਲੱਗਦਾ ਪਿਆ ਸੀ ਇਸ ਲਈ ਮੈਂ ਕਿ ਥੋੜਾ ਜਿਹਾ ਕਲਰ ਹੋਰ ਬਰਾਊਨ ਹੋ ਜਾਵੇ ਤੇ ਸਾਡੀ ਕਟੋਰੀ ਕਿੰਡੀ ਸੋਹਣੀ ਬਣ ਗਈ ਆ ਇਹ ਦੇਖੋ ਜੀ ਅੱਛਾ ਵੇਖੋ ਜੀ ਅਸੀਂ ਕਟੋਰੀ ਹੁਣ ਕੱਢ ਲੈਣੀ ਹੈ ਬਾਹਰ ਆ ਦੇਖੋ ਆ ਦੇਖੋ ਧਿਆਨ ਨਾਲ ਬਿਲਕੁਲ ਖਿਆਲ ਦੇ ਨਾਲ ਅੱਛਾ ਜੀ ਹੁਣ ਮੈਂ ਕੀ ਕੀਤਾ ਮੇਰੇ ਕੋ ਬੋਇਲ ਤਕਰੀਬਨ 1 ਕੱਪ ਚਣੇ ਨੇ ਉਹ ਲੈ ਲੈਣੇ ਮੈਂ ਕਟਿੰਗ ਕੀਤੇ ਹੋਏ ਟਮਾਟਰ ਨੇ ਵਿੱਚ ਤੁਸੀਂ ਪਾ ਲੈਣਾ ਪਿਆਜ਼ ਤੇ ਇਹ ਦੋਨੋਂ ਚੀਜ਼ਾਂ ਬੋਇਲ ਚਰਾਦੇ ਪੈਂਤੇ ਹੋਏ ਚਣੇ ਸੀ ਮੇਰੇ ਕੋ ਮੈਂ ਜਿਹੜੇ ਮੈਂ ਬੋਇਲ ਕਰ ਲਏ ਆਸਾਨੀ ਨਾਲ ਉਬਲ ਗਏ ਅੱਛਾ ਇਹਦੇ ਵਿੱਚ ਮੈਂ ਥੋੜਾ ਜਿਹਾ ਨਮਕ ਪਾ ਲੈਣਾ ਤੁਸੀਂ ਇਹਦੇ ਵਿੱਚ ਪੀਸੀਆਂ ਹੋਈਆਂ ਲਾਲ ਮਿਰਚਾਂ ਵੀ ਪਾ ਸਕਦੇ ਹੋ ਕਟੀਆਂ ਹੋਈਆਂ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਲੇਕਿਨ ਤੁਹਾਨੂੰ ਪਤਾ ਬੱਚੇ ਜਿਹੜੇ ਨੇ ਉਹ ਪਸੰਦ ਨਹੀਂ ਕਰਦੇ ਤੇ ਐਸਲੀ ਵਿੱਚ ਚੀਜ਼ਾਂ ਨਹੀਂ ਪਾਈਆਂ ਹੁਣ ਮੈਂ ਇਹਦੇ ਵਿੱਚ ਪਾ ਲਿਆ ਚਾਟ ਮਸਾਲਾ ਇਹਦੇ ਵਿੱਚ ਮੈਂ ਚਾਟ ਮਸਾਲਾ ਪਾ ਲਵਾਂਗੀ ਹੁਣ ਅਸੀਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਆ ਦੇਖੋ ਅੱਛੇ ਤਰੀਕੇ ਨਾਲ ਇਹਨਾਂ ਨੂੰ ਮਿਕਸ ਕਰਕੇ ਤਾਂ ਵੇਖੋ ਜੀ ਭੁੜਕਦੇ ਪਤਾ ਨਹੀਂ ਕਾਤੋਂ ਪੇ ਲੱਗਦਾ ਕੋਈ ਪ੍ਰੋਣਾ ਆਉਣਾ ਜਿਹੜੇ ਚਾਣੇ ਜਿਹੜੇ ਚਾਣੇ ਭੜਕਦੇ ਭੜਕਦੇ ਪਏ ਨੇ ਆ ਦੇਖੋ ਜੀ ਆ ਦੇਖੋ ਸੋਹਣੀ ਜੀ ਇਹਨੂੰ ਤੁਸੀਂ ਮਿਕਸ ਕਰ ਲੈਣਾ ਹੈ ਮਿਕਸ ਕਰਕੇ ਤੇ ਫਿਰ ਅਸੀਂ ਇਹਨਾਂ ਨੂੰ ਕਟੋਰੀਆਂ 'ਚ ਪਾਵਾਂਗੇ ਆਹ ਵੇਖੋ ਸਾਡੀਆਂ ਹੁਣ ਆ ਗਈਆਂ ਜੇ ਕਟੋਰੀਆਂ ਇਹ ਇੱਕ ਕਟੋਰੀ ਇਹ ਦੂਜੀ ਕਟੋਰੀ ਤੇ ਇਹ ਤੀਜੀ ਕਟੋਰੀ ਕਟੋਰੀ ਖੈਰ ਐਕਸਟਰਾ ਵੀ ਇੱਕ ਬਣ ਗਈ ਸੀ ਲੇਕਿਨ ਉਹ ਐਸਟਾਏ ਕਿ ਪਲੇਟਸ ਤਿੰਨ ਹੀ ਆ ਰਹੀਆਂ ਸੀ ਫੇਰ ਮੈਂ ਤਿੰਨ ਹੀ ਐਡਜਸਟ ਕਰ ਲਈਆਂ ਆਹ ਵੇਖੋ ਕਟੋਰੀ 'ਚ ਤੁਸੀਂ ਜਨੇ ਪਾਛਣ ਨੇ ਦੀ ਐਵੇਂਕੋ ਮਤਲਬ ਤੁਹਾਨੂੰ ਜਿਹੜੀ ਜਿਹੜੀ ਚੀਜ਼ ਪਸੰਦ ਹੈ ਬੰਦ ਗੋभी ਤੁਸੀਂ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ ਜਿਹੜੀ ਚੀਜ਼ ਖੀਰਾ ਤੁਸੀਂ ਬਰੀਕ ਕੱਟ ਕੇ ਉਹ ਪਾ ਸਕੋ ਮਤਲਬ ਵੈਜੀਟੇਬਲਸ ਦੇ ਵਿੱਚ ਜਿਹੜੀ ਜਿਹੜੀ ਤੁਹਾਨੂੰ ਵੈਜੀਟੇਬਲਸ ਪਸੰਦ ਨੇ ਉਹ ਤੁਹਾਨੂੰ ਪਤਾ ਬੱਚੇ ਜਿਹੜੇ ਪੂਰਾ ਪੂਰਾ ਸ਼ਾਮਾ ਕੱਢ ਕਰ ਬਾਹਰ ਸੁੱਟਦੇ ਨੇ ਤੇ ਉਸ ਮناسبਤ ਨਾਲ ਮੈਂ ਫਿਰ ਚੀਜ਼ਾਂ ਨਹੀਂ ਐਡਜਸਟ ਕੀਤੀਆਂ ਲੇਕਿਨ ਜੋ ਮਰੇ ਮਤਲਬ ਤੁਹਾਨੂੰ ਜਿਹੜੀ ਚੀਜ਼ ਪਸੰਦ ਲੱਗਦੀ ਤੁਸੀਂ ਉਹ ਪਾ ਸਕਦੇ ਵਿੱਚ ਆ ਵੇਖੋ ਜੀ ਹੁਣ ਅਸੀਂ ਇਹਦੇ ਵਿੱਚ ਪਾਣਾ ਹੈ ਜੀ ਬਰੀਕ ਕਟਿਆ ਉਬਲਿਆ ਹੋਇਆ ਆਲੂ ਆਲੂ ਵੀ ਯਕੀਨ ਜਾਨੋ ਗਰਮੀਆਂ ਨਾਲ ਉਬਲੇ ਪਏ ਨੇ ਬੰਦੇ ਉਬਲਣ ਦੇ ਆਲੂ ਨੇ ਤਾਂ ਆਲੂ ਆਨੇ ਤਾਂ ਆਪੀ ਉਬਲਣਾ ਤੇ ਆ ਇੱਕ ਆਲੂ ਬੜਾ ਹੀ ਮਸਾ ਹੀ ਕਿਤੇ ਮੈਂ ਵਿੱਚੋਂ ਦੇਖ ਕੇ ਤੇ ਵਾਲਿਆ ਖਰਾਬ ਆਲੂ ਮਤਲਬ ਆ ਰਹੇ ਨੇ ਗਰਮੀ ਦੇ ਵੇਹਾਂ ਤੋਂ ਤੇ ਆ ਦੇਖੋ ਜੀ ਆਲੂ ਪਾਛੜੇ ਨੇ ਹੁਣ ਅਸੀਂ ਇਹਦੇ ਵਿੱਚ ਪਾਛੜਨੀ ਹੈ ਅ ਅਸੀਂ ਇਹਦੇ ਵਿੱਚ ਹੁਣ ਪਾਵਾਂਗੇ ਲਾਲ ਚਟਣੀ मज़ेदार किस्म की अस देश लाल चटनी पावे उ जी इमली की चटनी है हूँ ही लाल चटनी बना के पा देता मतलब उस कलर पाता फिर मैं दही भी ऐड किया मैं भुल गई हाँ वो मिसप्लेस हो गया साढ़ा क मतलब ਕਲਿੱਪ ਤੇ ਅੱਛਾ ਜੀ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤੇ ਮੇਰੇ ਚੈਨਲ ਨੂੰ ਲਾਈਕ ਕਰ ਦੇਣਾ ਸਬਸਕ੍ਰਾਈਬ ਕਰ ਦੇਣਾ ਸ਼ੇਅਰ ਕਰ ਦੇਣਾ ਫਰੈਂਡਸ ਤੇ ਫੈਮਿਲੀ ਮੈਂਬਰਸ ਦੇ ਨਾਲ ਤੇ ਛੋਟਾ ਜਿਹਾ ਕਮੈਂਟਸ ਲਾਸਟ ਵਿੱਚ ਪਾਸ ਕਰਨਾ ਮੇਰੀ ਹੋਸਟਾ ਬਸਾਈਲੀਏ ਜਲਦ ਹਾਜ਼ਰ ਹੋਵਾਂਗੇ ਕੋਈ ਨਵੀਂ ਵੀਡੀਓ ਲੈ ਕੇ ਕੋਈ ਨਵਾਂ ਵਲੌਗ ਲੈ ਕੇ ਅੱਲਾ ਹਾਫਿਜ਼ ਰੱਬ ਰਾਕਾ